ताड़ी मार के भजना ते वो हाथ भी ता है करना। बॉलीवुड दे विच शाहरुख खान बड़े बड़े सोहने तरीके नाल पाए, अक्षय कुमार आए हैं करके पाए। स्पोर्ट की एक्टिंग ही करनी होंगी जी, इतने तो धर्म है इंडिया दे विच क्रिकेट, कोई अड कोई गेम थोड़ी है, इतने तो पूजदे क्रिकेट नूं। धोनी नूं पूजण वाले, कोहली नूं पूजण वाले, सचिन नूं पूजण वाले, सहवाग नूं पूजण वाले, गंगोली नूं, द्रविड़ नूं। अरे मैं परना चेंज करन गया सी, कुछ करन गया सी, कुछ रह गया सी उत्ते मेरा समान, तो जदों वापस आया गड्डी लंघी। कैप्टन कूल एम एस धोनी। दलजीत भाजी दकला विराट कोहली भी की करे पाकिस्तान खिलाफ, आप तो वधिया खेडा ही बाकी नहीं खेड पाए। करना जल्दी मूसे वाले दे दो एक अद्धे नूं, जां दोनों नूं मंड दो। बजट तो ही है भाजी, मसला होर कोई ज़्यादा नहीं, उत्थे 100 करोड़ है अपने, 8-10 करोड़ है। बोलो भाई, बोल कराओगे? बैटिंग करूँगा, बैठो भाई। तुम मैच तो बोल कराइए ना। अच्छा बचा कर ली, ग्राउंड खेडा जाके तो शीशे शीशे पाने का मेरे घर बैठा तू। चलो वैसे बैट भी हैगा, बॉल भी हैगा, पिछे 83 का पोस्टर भी हैगा। क्रिकेट नहीं खेलते पर 83 की गल्ला हो सकती है। सत श्रीकाल जी, तुसीं देख रहे हो सांझा स्टार ते मैं हाँ बल्ली पाठ। भाई एमी विर्क पंजाब तो निकल के बॉलीवुड तक नाम कमाया अपना, जाके तो बॉलीवुड में जाए क्या, दबदे नहीं बलिए जट दबाए दे किसी। बिरे बहुत सारिया मुबारक ते प्यार भरी सत श्रीकाल। सत श्रीकाल जी, आयां नूं बहुत बहुत प्यार सत्कार। की हाल चाल? चढ़दी कला जी। सब तो पहला मुबारक मेरे 3 हो गया। सब तो पहले 83 तो मुबारक, देन किसानी अंदोलन दी जित होई, ओ अकाल पुरख दी सबसे बड़ी कृपा होई, ओ सबसे बड़ी जित होगी, बाकी सारियां आसे पासे हो गया गल्ला। एमी भाई उन्होंने कैफे भी खोलिया, तां 3-3 मुबारक हो गया। आओ बड़े भरा दे अपना पास, चलो और लगे 83 आ रही है। तकरीबन असि 2 साल तो वेट कर रहे हैं, 4 बारी मूवी पोस्टपोन हुई कोविड दे करके, रिलीज डेट मिलदी है हुण मिली है ना। पंजाब दे लोकां नूं बड़ी एक्साइटमेंट है क्योंकि 83 दे विच ऐसे किरदार ज्यादा ने जिहड़े पंजाब दे नाल रिलेटेड ने, पंजाब दे विचों किरदार ने जी। ਜਿਹੜੇ ਅਸੀਂ ਫਿਲਮ ਦੇ ਵਿੱਚ ਆ ਉਹ ਤਾਂ ਮੈਂ ਅਤੇ ਹਾਰਡੀ ਵੀਰਾ ਜੀ। ਵੈਸੇ ਜਿਹੜੇ 83 ਦੇ ਕਰੈਕਟਰ ਸੀਗੇ ਉਹ 6 ਪੰਜਾਬੀ ਸੀ, 5 ਜਾਂ 6 ਪੰਜਾਬੀ ਸੀਗੇ। ਕਪਿਲ ਭਾਅ ਜੀ, ਮਦਨ ਲਾਲ ਸਰ, ਯਸ਼ਪਾਲ ਸ਼ਰਮਾ ਸਰ ਅਤੇ ਬੱਲੂ ਸਰ ਅਤੇ ਇਨਫੈਕਟ ਜਿਮੀ ਅਮਰਨਾਥ। ਸੋ ਇਹ ਸਾਰੇ ਮਤਲਬ ਪੰਜਾਬੀ ਬੈਕਗਰਾਊਂਡ ਸੀਗਾ ਨਾ ਸਾਰਿਆਂ ਦਾ, ਅਤੇ ਮਾਹੌਲ ਹੀ ਡਰੈਸਿੰਗ ਰੂਮ ਦਾ ਕਹਿੰਦੇ ਉਦੋਂ ਪੰਜਾਬੀ ਹੁੰਦਾ ਸੀ, ਅਤੇ ਸੇਮ ਸਾਡੀ ਫਿਲਮ ਦੇ ਵਿੱਚ ਹੋਇਆ। ਮੋਸਟਲੀ ਸਾਰੇ ਪੰਜਾਬੀ ਬੋਲੀ ਹੈ, ਮਤਲਬ ਪੰਜਾਬੀ ਹਿੰਦੀ ਮਿਕਸ ਬੋਲੀ ਹੈ, ਅਤੇ ਜਿਹੜੀ ਸਾਰਿਆਂ ਨੂੰ ਸਮਝ ਆਊਗੀ, ਇੱਥੇ ਵੀ ਪੰਜਾਬ 'ਚ ਵੀ ਅਤੇ ਆਊਟ ਆਫ ਪੰਜਾਬ ਵੀ ਸਾਰਿਆਂ ਨੂੰ ਸਮਝ ਆਊਗੀ। ਐਵੀ ਬਾਈ ਤੁਸੀਂ ਮੋਸਟਲੀ ਆਪਣੀ ਹਰ ਇੰਟਰਵਿਊ ਦੇ ਵਿੱਚ ਕਹਿੰਦੇ ਹੁੰਦੇ ਕਿ ਅਗਰ ਮੈਂ ਸਿੰਗਰ ਨਾ ਹੁੰਦਾ ਤਾਂ ਮੈਂ ਸਪੋਰਟਸ ਪਰਸਨ ਬਣਨਾ ਚਾਹੁੰਦਾ ਸੀਗਾ, ਜਾਂ ਇੱਦਾਂ ਦੀ ਕੋਈ ਗੇਮ ਜਾਂ ਫੌਜ ਦੇ ਵਿੱਚ ਜਾਂਦਾ ਜਿੱਥੇ ਮੈਂ ਇੰਡੀਆ ਨੂੰ ਰੀਪ੍ਰਜੈਂਟ ਕਰਦਾ, ਤਾਂ ਪਹਿਲਾਂ ਫੌਜ ਦੇ ਵਿੱਚ ਵੀ ਰੀਪ੍ਰਜੈਂਟ ਕਰਤਾ, ਦੈਨ ਹੁਣ ਸਪੋਰਟਸ ਪਰਸਨ ਵੀ ਨਿਭਾਲੇ ਕਿਰਦਾਰ, ਤਾਂ ਕਿੰਨਾ ਕੁ ਬਲੈਸ ਫੀਲ ਕਰਦੇ ਹੋ ਕਿ ਜਿਹੜੀ ਚੀਜ਼ਾਂ ਮੈਂ ਨਹੀਂ ਕੀਤੀਆਂ ਸੀਗੀਆਂ ਉਹ ਮੈਨੂੰ ਕਿਤੇ ਨਾ ਕਿਤੇ ਰੂਪ ਦੇ ਵਿੱਚ ਮਿਲ ਰਹੀਆਂ ਨੇ, ਕਿ ਟੱਕਰ ਰਹੀਆਂ ਨੇ ਮੈਨੂੰ। ਬੜੀ ਅਕਾਲ ਪੁਰਖ ਦੀ ਕਿਰਪਾ ਜੀ, ਮੈਂ ਸ਼ੁਕਰਾਨਾ ਕਰਦਾ ਹਮੇਸ਼ਾ ਇਸ ਚੀਜ਼ ਵੱਲੋਂ। ਮੈਂ ਡੈਬਿਊ ਜਿਹੜਾ ਕੀਤਾ ਬਾਲੀਵੁੱਡ ਦਾ, ਦੋਨੇ ਇਹੋ ਜਿਹੀਆਂ ਫਿਲਮਾਂ ਨਾਲ ਜਿਹਦੇ 'ਚ ਮੈਂ ਆਪਣੇ ਮੁਲਕ ਨੂੰ ਰੀਪ੍ਰਜੈਂਟ ਕਰ ਰਿਹਾ, ਅਤੇ ਜਿਹੜਾ ਮੈਂ ਛੋਟੇ ਹੁੰਦੇ ਤੋਂ ਕਰਨਾ ਚਾਹੁੰਦਾ ਸੀ, ਭਾਵੇਂ ਉਹ ਕ੍ਰਿਕਟ ਸੀਗੀ ਭਾਵੇਂ ਉਹ ਡਿਫੈਂਸ ਲਾ ਲਓ ਜਾਂ ਆਪਣੀ ਜਿਹੜੀ ਫੋਰਸਿਸ ਨੇ ਰਿਸਪੈਕਟਡ, ਉਹਨਾਂ 'ਚ ਕਰਨਾ ਚਾਹੁੰਦਾ ਸੀ, ਬਟ ਉੱਦਾਂ ਨਹੀਂ ਹੋ ਪਾਇਆ। ਚਲੋ 100 ਚੀਜ਼ਾਂ ਹੁੰਦੀਆਂ ਨੇ ਜੋ ਤੁਸੀਂ ਸੋਚਿਆ ਹੁੰਦਾ ਉੱਦਾਂ ਨਹੀਂ ਹੁੰਦਾ, ਬਟ ਅਕਾਲ ਪੁਰਖ ਨੇ ਲਿਖੀ ਹੁੰਦੀ ਡੈਸਟੀਨੀ ਉਹ ਕਿਸੇ ਹੋਰ ਤਰੀਕੇ ਪੋਸੀਬਲ ਕੀਤੀ ਚੀਜ਼, ਅਤੇ ਮੈਂ ਦੇਣਦਾ ਰਹੇ ਜੀ ਅਕਾਲ ਪੁਰਖ ਦਾ। 83 ਵਰਲਡ ਕੱਪ ਦੀ ਗੱਲ ਕਰੀਏ ਤਾਂ ਬਲਵਿੰਦਰ ਸਿੰਘ ਸੰਧੂ ਦੀ ਇੱਕ ਐਸੀ ਵਿਕਟ ਸੀ ਕਿ ਜਿਹਨੇ ਪੂਰਾ ਮੈਚ ਪੜ ਦਿੱਤਾ ਸੀਗਾ, ਲੱਗਦਾ ਸੀਗਾ ਵਾਈਟ ਬਾਲ ਆ ਪਰ ਉਹ ਇਨ ਸਵਿੰਗ ਹੋ ਗਿਆ, ਵਿਕਟ ਲੈਂਦੀ ਆ, ਤਾਂ ਜਦੋਂ ਉਹ ਤੁਸੀਂ ਸੀਨ ਜਦੋਂ ਪਲੇ ਵੀ ਕੀਤਾ ਆਪਣਾ ਉਹ ਸੈੱਟ ਦੇ ਉੱਪਰ ਜਾ ਕੇ, ਤਾਂ ਕਿਹੋ ਜਿਹੀ ਉਹ ਫੀਲਿੰਗ ਸੀਗੀ? ਉਹ ਬੜਾ ਸਵਾਦ ਆਇਆ ਸੀਗਾ ਜੀ ਉਦੋਂ ਤਾਂ, ਮਤਲਬ ਸੇਮ ਚੀਜ਼ ਤੁਸੀਂ ਫੋਲੋ ਅਪ, ਸੇਮ ਚੀਜ਼ ਤੁਸੀਂ ਮਤਲਬ ਕਾਪੀ ਪੇਸਟ ਕਰਨੀ ਸੀਗੀ, ਸੇਮ ਐਕਸਪ੍ਰੈਸ਼ਨ, ਸੇਮ ਐਕਸ਼ਨ ਕਰਨਾ, ਉਹ ਸੇਮ ਉਸ ਤੋਂ ਬਾਅਦ ਐਂਟਰਟੇਨਮੈਂਟ ਦਾ ਵੇ ਸੇਮ ਰੱਖਣਾ, ਉਹ ਤਾੜੀ ਮਾਰ ਕੇ ਭੱਜਣਾ ਅਤੇ ਉਹ ਹੱਥ ਵੀ ਤਾਂ ਐਂ ਕਰਨ, ਸਾਰੀਆਂ ਚੀਜ਼ਾਂ ਸੇਮ ਸੀਗੀਆਂ A to Z। ਕਲਾ ਚਲੋ ਮੇਰੇ ਲਈ ਨਹੀਂ, ਹਰ ਬੰਦੇ ਲਈ ਸੀ, ਅਤੇ ਉਹ ਮਤਲਬ ਗੋਲਡਨ ਮੂਮੈਂਟ ਸੀਗਾ, ਗੋਲਡਨ ਪੀਰੀਅਡ ਸੀਗਾ, ਗੋਲਡਨ ਐਰਾ ਸੀਗਾ, ਅਤੇ ਉਹ ਸੇਮ ਅਸੀਂ ਉਹ ਰਿਵਾਈਵ ਕਰਨ ਦੀ ਟਰਾਈ ਕਰ ਰਹੇ ਹਾਂ ਵੀ ਲੋਕ ਇਹਨੂੰ ਜਾ ਕੇ ਦੇਖਣਗੇ। ਅਤੇ ਉਸ ਟਾਈਮ ਆਪਣੇ ਫਾਦਰ ਸਾਹਿਬ ਦੀ ਉਮਰ ਦੇ ਲੋਕ ਸੀਗੇ ਜਿਹੜੇ ਉਦੋਂ ਜਵਾਨ ਸੀਗੇ, ਅਤੇ ਉਹਨਾਂ ਨੇ ਮਤਲਬ ਟੀਨੇਜ ਹੋਣਗੇ ਉਦੋਂ, ਅਤੇ ਜਾਂ ਜਿਹੜੇ ਜਿਨ੍ਹਾਂ ਨੇ ਉਹ ਵਰਲਡ ਕੱਪ ਮਤਲਬ ਉਦੋਂ ਮਹਿਸੂਸ ਕੀਤਾ ਅਤੇ ਉਹ ਅੱਜ ਉਹ ਫੀਲ ਕਰਨਗੇ, ਅਤੇ ਉਸ ਉਮਰ ਦੇ ਲੋਕ ਵੀ ਜਾ ਕੇ ਜਿਹੜਾ ਵਰਲਡ ਕੱਪ ਦੇਖਣਗੇ ਜੀ। ਮੂਵੀ ਦੀ ਗੱਲ ਕਰੀਏ, ਥੀਏਟਰ ਦੇ ਵਿੱਚ ਜਾ ਕੇ ਦੇਖਦੇ ਹਾਂ, ਪਰ ਇੱਕ ਮੂਵੀ ਪਿੱਛੇ ਬਹੁਤ ਸਾਰੀ ਮਿਹਨਤ ਲੱਗੀ ਹੁੰਦੀ। ਮੈਨੂੰ ਪਤਾ ਚੱਲਿਆ ਕਿ ਜਦੋਂ ਨਿੱਕਾ ਜਲਦ 3 ਦੀ ਸ਼ੂਟਿੰਗ ਹੋ ਰਹੀ ਸੀਗੀ ਉਦੋਂ ਵੀ ਸੰਧੂ ਸਾਹਿਬ ਸੈੱਟ ਦੇ ਉੱਪਰ ਆਉਂਦੇ ਸੀਗੇ, ਤੁਹਾਨੂੰ ਆ ਕੇ ਪ੍ਰੈਕਟਿਸ ਕਰਾਉਂਦੇ ਸੀਗੇ, ਹੈ ਨਾ, ਤਾਂ ਇੱਕ ਪੂਰੀ ਜਰਨੀ ਬਣਦੀ ਜੋ ਤੁਸੀਂ ਇੱਦਾਂ ਦਾ ਕਰੈਕਟਰ ਪਲੇ ਕਰਦੇ ਹੋ, ਖਾਸ ਕਰਕੇ ਜਦੋਂ ਸਪੋਰਟਸ ਦਾ ਆਉਂਦਾ, ਕਿਉਂਕਿ ਤੁਹਾਨੂੰ ਹਰਜੀਤੇ ਦੀ ਗੱਲ ਕਰੀ, ਤੁਸੀਂ ਉਸ ਵਾਰੀ ਵੀ ਬਹੁਤ ਮਿਹਨਤ ਕੀਤੀ ਸੀਗੀ, ਪਹਿਲਾਂ ਹੱਕ ਚੱਕੀ ਤਾਂ ਹੁਣ ਤੁਸੀਂ ਬਾਲ ਚੱਕੀ ਆ। ਜੀ ਜੀ ਜੀ, ਪਹਿਲਾਂ ਹੱਕ ਹਰਜੀਤੇ ਵੇਲੇ ਵੀ ਚਲੋ ਇੱਕ ਨਾ ਸਪੋਰਟਸ ਪਰਸਨ ਦਾ ਇੱਕ ਵੈਸੇ ਸਟਾਂਸ ਜਿਹਾ ਬਣ ਜਾਂਦਾ ਹੁੰਦਾ, ਅਤੇ ਉਹ ਇੱਕ ਰਨਿੰਗ ਸਟਾਈਲ ਉਹਦੇ ਹੋ ਜਾਂਦੇ ਨੇ, ਉੱਦਾਂ ਦੇ ਐਥਲੀਟ ਹੁੰਦੇ ਆ ਜਿਹੜੇ, ਉਹਨਾਂ ਦਾ ਮਤਲਬ ਉੱਦਾਂ ਦਾ ਤਰੀਕਾ ਹੋ ਜਾਂਦਾ ਕਰੇ, ਅਤੇ ਉਹ ਤੁਹਾਨੂੰ ਭੱਜਦੇ ਵੀ ਵਧੀਆ ਲੱਗਦੇ ਆ ਕਿਉਂਕਿ ਉਹ ਕੰਫਰਟੇਬਲੀ ਭੱਜਦੇ ਆ ਉਹਨਾਂ ਨੂੰ। ਮਤਲਬ ਜਦੋਂ ਤੁਸੀਂ ਆਮ ਕਈ ਵਾਰੀ ਆਪਾਂ ਜਿਮ ਜਿਮ ਕਰ ਲੈਂਦੇ ਹਾਂ, ਬਟ ਆਪਣਾ ਜਿਹੜਾ ਸਰੀਰ ਹੈ ਉਹ ਐਥਲੈਟਿਕਸ ਵਾਲੇ ਨਹੀਂ ਹੁੰਦਾ, ਅਤੇ ਮੇਰਾ ਹਰਜੀਤੇ ਤੋਂ ਪਹਿਲਾਂ ਵੀ ਚਲੋ ਮਾਲਕ ਮੈਂ ਗੇਮਾਂ ਗੁਮਾਂ ਕਰਦੇ ਰਹੇ ਹਾਂ, ਪਹਿਲਾਂ ਵੀ ਖੇਡਦੇ ਖੁੱਡੇ ਰਹੇ ਹਾਂ ਆਪਾਂ, ਉਹ ਰੱਬ ਵੱਲੋਂ ਹੀ ਕਈ ਵਾਰੀ ਹੁੰਦਾ, ਰੱਬ ਵੱਲੋਂ ਕਈ ਵਾਰੀ ਭੱਜਣ ਦਾ ਸਟਾਈਲ ਵਧੀਆ ਹੁੰਦਾ ਬੰਦੇ ਕੋਲ। ਅਤੇ ਹੁਣ ਜਿਵੇਂ ਆਪਾਂ ਕਹਿ ਲਈਏ ਬਾਲੀਵੁੱਡ ਦੇ ਵਿੱਚ ਸ਼ਾਹਰੁਖ ਖਾਨ ਬੜੇ ਬੜੇ ਸੋਹਣੇ ਤਰੀਕੇ ਨਾਲ ਭੱਜਦੇ, ਅਤੇ ਅਕਸ਼ੇ ਕੁਮਾਰ ਉਹ ਐਂ ਕਰਕੇ ਭੱਜ, ਅਤੇ ਕਈਆਂ ਤੋਂ ਭੱਜਿਆ ਵੀ ਨਹੀਂ ਜਾਂਦਾ,
ਤੇ ਸੋ ਬੜੀਆਂ ਚੀਜ਼ਾਂ ਹੁੰਦੀਆਂ ਅਤੇ ਕਾਫੀ ਆਰਟਿਸਟ ਨੇ ਜਿਹੜੇ ਹੁਣ ਜਿਵੇਂ ਜੈਕ ਟਾਈਗਰ ਸ਼ਰੋਫ ਆ ਉਹ ਬੜਾ ਸੋਹਣਾ ਨੱਠਦਾ ਅਤੇ ਸੋ ਉਹ 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 ਚੀਜ਼ਾਂ ਤੁਹਾਨੂੰ ਮਤਲਬ ਬਿਲੀਵੇਬਲ ਕਰ ਦਿੰਦੀਆਂ ਨੇ ਉਹ ਜਿਹੀ ਚੀਜ਼ਾਂ ਹੋਣ ਜਦੋਂ ਵੀ ਸਪੋਰਟਸ ਵਾਲਾ ਬੰਦਾ ਲੱਗਦਾ ਸੋ ਉਹ ਸਾਰੀਆਂ ਚੀਜ਼ਾਂ ਮੇਰੇ ਲਈ ਕੋਈ ਜ਼ਿਆਦਾ ਔਖਾ ਨਹੀਂ ਸੀ ਕਿਉਂਕਿ ਮੈਂ ਹਰਜੀਤਾ ਵੀ ਕਰੀ ਸੀਗੀ ਸੇਮ ਸਪੋਰਟਸ 'ਤੇ ਫਿਲਮ ਆਲਰੇਡੀ ਕਰੀ ਹੋਈ ਹੈ ਸਪੋਰਟਸ ਮਤਲਬ ਜੇ ਤੁਹਾਨੂੰ ਇੱਕ ਵਾਰੀ ਨੱਠਣਾ ਨੱਠਣਾ ਆ ਗਿਆ ਸੋ ਗੇਮਾਂ ਬਦਲੀ ਜਾਣ ਉਹਦਾ ਤਾਂ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਉਸ ਤੋਂ ਬਾਅਦ ਤੁਸੀਂ ਉਸ ਸਪੋਰਟ ਦੀ ਐਕਟਿੰਗ ਹੀ ਕਰਨੀ ਹੁੰਦੀ ਹੈ ਜੀ ਹੁਣ ਆਪਾਂ ਕ੍ਰਿਕਟ ਦੀ ਐਕਟਿੰਗ ਕੀਤੀ ਹੈ ਜੀ 83 ਵਰਲਡ ਕੱਪ ਦੀ ਗੱਲ ਕਰੀ ਤਾਂ ਇੱਕ ਮੈਚ ਐਸਾ ਹੋਇਆ ਸੀਗਾ ਜਿਹੜਾ ਸਟ੍ਰਾਈਕ ਕਰਕੇ ਟੈਲੀਕਾਸਟ ਨਹੀਂ ਹੋ ਪਾਇਆ ਉਹ ਮੈਚ ਕਿਸੇ ਨੇ ਦੇਖਿਆ ਨਹੀਂ ਜਦੋਂ ਕਪਿਲ ਦੇਵ ਹੋਣਾ ਨੇ 175 ਰਨ ਮਾਰੇ ਤਾਂ ਜਦੋਂ ਹੁਣ ਤੁਸੀਂ ਉਹ ਮੈਚ ਦਿਖਾਉਣ ਜਾ ਰਹੇ ਹੋ ਫਿਲਮ ਦੇ ਵਿੱਚ ਤਾਂ ਕਿੰਨੀ ਰਿਅਲਿਸਟਿਕ ਜਿਹੜਾ ਰੀਅਲ ਸਾਰੀ ਰਿਐਲਿਟੀ ਹੋਊਗੀ ਜੋ ਕਿਉਂਕਿ ਫਿਗਰਸ ਜਿਹੜੇ ਫਿਗਰਸ ਤਾਂ ਸੀਗੇ ਨਾ ਮੈਚ ਦੇ ਵੀ 175 ਕਿੰਨੀਆਂ ਗੇਂਦਾਂ 'ਚ ਕਿੰਨੇ ਚੌਕੇ ਕਿੰਨੇ ਛੱਕੇ ਪਰ ਉਹ ਡੂ ਆਰ ਡਾਈ ਮੈਚ ਸੀਗਾ ਇੰਡੀਆ ਯੈਸ ਵਿਟਨੈਸ ਸੀਗੇ ਸਾਰੇ ਉਹਦੇ ਵਿਟਨੈਸ ਹੁਣ ਚਲੋ 14 ਪਲੇਅਰ ਨੇ 14 ਪਲੇਅਰ ਮੈਨੇਜਰਸ ਓਪੋਨੈਂਟ ਅਤੇ ਉਹਨਾਂ ਦੇ ਵਿੱਚੋਂ ਲੱਕੀਲੀ ਕੀ ਮਤਲਬ ਬਲੈਸਿੰਗਸ ਨੇ ਸਾਰੇ ਮਤਲਬ ਹੈਲਦੀ ਨੇ ਜੇ ਕਾਫੀ ਮਤਲਬ ਆਪਣੇ ਯਸ਼ਪਾਲ ਸ਼ਰਮਾ ਜੀ ਦੀ ਡੈਥ ਹੋਈ ਹੈ ਆਪਣੀ ਟੀਮ ਦੇ ਵਿੱਚੋਂ ਜੀ ਜੀ ਅਤੇ ਉਹ ਬੜਾ ਘਾਟਾ ਪਿਆ 83 ਦੀ ਪੂਰੀ ਟੀਮ ਨੂੰ ਹੀ ਅਤੇ ਉਹ ਮਤਲਬ ਜਿਹਨਾਂ ਨੇ ਵਿਟਨੈਸ ਕੀਤਾ ਸੀਗਾ ਵੀ ਆਹ ਚੀਜ਼ ਇੱਥੇ ਆਹ ਚੀਜ਼ ਇੱਥੇ ਆਹ ਚੀਜ਼ ਇੱਥੇ ਉਹਦੇ 'ਚ ਕੁਛ ਮਤਲਬ ਚਲੋ ਹੀਰੋਇਜ਼ਮ ਦਾ ਜਿਹੜਾ ਹੋਊਗਾ ਉਹ ਤਾਂ ਹੋਊਗਾ ਹੀ ਹੋਊਗਾ ਕਿਉਂਕਿ 175 ਬਣਾਉਣੇ ਹੀਰੋ ਤੋਂ ਘੱਟ ਨਹੀਂ ਕੰਮ ਹੁੰਦਾ ਅਤੇ ਉਹਨੇ ਜਿੰਨਾ ਬਿਊਟੀਫੁਲੀ ਸ਼ੂਟ ਕਰ ਸਕਦੇ ਸੀ ਉਹ ਸਾਰਿਆਂ ਨੇ ਕੀਤਾ ਬਟ ਫਿਗਰ ਸੇਮ ਰਹੀਆਂ ਕਿੰਨੀਆਂ ਗੇਂਦਾਂ ਕਿੰਨੇ ਚੌਕੇ ਕਿੰਨੇ ਛੱਕੇ ਅਤੇ ਉਹ ਹਾਂ ਕੋਈ ਲੰਬਾ ਛੱਕਾ ਮਾਰਿਆ ਕੋਈ ਛੋਟਾ ਮਾਰਿਆ ਹੋਣਾ ਕੋਈ ਕੁਛ ਉਹ ਮਾੜਾ ਮੋਟਾ ਡਿਜ਼ਾਇਨ ਜਿਹੜੀ ਮਤਲਬ ਕੋਰੀਓਗ੍ਰਾਫਰ ਸਪੋਰਟਸ ਕੋਰੀਓਗ੍ਰਾਫਰਸ ਨੇ ਉਹ ਕਰਦੇ ਆ ਬਾਕੀ ਆਲਮੋਸਟ ਤੁਹਾਨੂੰ ਹਰੇਕ ਚੀਜ਼ 19-21 ਦਾ ਕੋਈ ਫਰਕ ਹੋ ਜਾਵੇ ਬਸ਼ੱਕ ਦੀ ਹੋ ਜਾਵੇ ਹਰੇਕ ਚੀਜ਼ ਤੁਹਾਨੂੰ ਸੇਮ ਦਿਖਾਈ ਗਈ ਹੋਊਗੀ ਤੁਸੀਂ ਤਾਂ ਹਾਰਡੀ ਪੁਰਾਣੇ ਮਿੱਤਰ ਹੋ ਹਾਰਡੀ ਸੰਧੂ ਇਸ ਫਿਲਮ ਦੇ ਵਿੱਚ ਮਦਨ ਲਾਲ ਦੇ ਕਰੈਕਟਰ ਨਿਭਾ ਰਹੇ ਨੇ ਤਾਂ ਹਾਰਡੀ ਨਾਲ ਕੈਮਿਸਟਰੀ ਤਾਂ ਓਬਵੀਅਸਲੀ ਬਣੀ ਜਾਣੀ ਸੀ ਹਾਰਡੀ ਤੋਂ ਇਲਾਵਾ ਹੋਰ ਕਿਹੜੇ ਕਿਉਂਕਿ ਨਵੇਂ ਆਰਟਿਸਟ ਬਹੁਤ ਸੀਗੇ ਉਸ ਮੂਵੀ ਦੇ ਵਿੱਚ ਤਾਂ ਹੋਰ ਕਿਸੇ ਨਾਲ ਕੈਮਿਸਟਰੀ ਬਹੁਤ ਸੋਹਣੀ ਬਣੀ ਜਾਂਦੀ ਮੇਰੇ ਕੋਲ ਮੇਰੀ ਸਾਕਿਬ ਨਾਲ ਬਹੁਤ ਵਧੀਆ ਸਾਕਿਬ ਸਲੀਮ ਬਹੁਤ ਵਧੀਆ ਜੀਵਾ ਡਾਊਨ ਸਾਊਥ ਤੋਂ ਉਹ ਸਾਡਾ ਵੱਡਾ ਭਰਾ ਉਹਦੇ ਨਾਲ ਤੁਹਾਡਾ ਫੇਵਰਿਟ ਛੋਟਾ ਚੱਪਰੀ ਹਾਂ ਆਪਣੇ ਜਤਿਨ ਸ਼ਰਮਾ ਜਤਿਨ ਸ਼ਰਮਾ ਕਹਿ ਦਿੰਦੇ ਉਹਨੂੰ ਅਸੀਂ ਅਤੇ ਉਹ ਵੀ ਮਤਲਬ ਪੂਰੀ ਆਈਟਮ ਹੈ ਉਹ ਭਰਾ ਸਾਡਾ ਅਤੇ ਬਾਕੀ ਸਾਰੇ ਹੀ ਭਾਜੀ ਬੜੇ ਵਧੀਆ ਸੀ ਹਾਰਡੀ ਦਾ ਚਲੋ ਆਪਣਾ ਹੈ ਹੀ ਭਰਾ ਇੱਥੋਂ ਹੀ ਸੀ ਰਣਵੀਰ ਭਾਜੀ ਬੜੇ ਮਤਲਬ ਬਾ ਕਮਾਲ ਸੀਗੇ ਸਾਹਿਲ ਕੱਟਰ ਆਪਣੇ ਪੰਚਕੂਲੇ ਤੋਂ ਮੁੰਡਾ ਉਹ ਬੜਾ ਵਧੀਆ ਸਾਡਾ ਦੋਸਤ ਹੈ ਇਹ ਚੀਜ਼ ਸਾਰੇ ਭਾਜੀ ਬੜੇ ਵਧੀਆ ਸੀ ਇੱਕ ਥੈਰਿਆ ਇੱਕ ਜਾਟ ਆ ਸਾਡਾ ਦੋਸਤ ਨਿਸ਼ਾਨ ਦਹੀਆ ਹਰਿਆਣੇ ਤੋਂ ਇੱਕ ਬੱਦਰੀ ਹੈ ਤਾਹਿਰ ਰਾਜ ਬਸੀਨ ਹੈ ਚਿਰਾਗ ਪਾਟਲ ਸਾਰੇ ਹੀ ਬੜੇ ਭਾਜੀ ਬਾ ਕਮਾਲ ਬੰਦੇ ਨੇ ਦਿਨਕਰ ਕ੍ਰਿਕਟ ਸਪੋਰਟ ਇੱਕ ਐਸਾ ਸਪੋਰਟਸ ਹੈ ਜਿਹਨੂੰ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲਦਾ ਅਸੀਂ ਸਾਰਿਆਂ ਨੇ ਬਚਪਨ ਦੇ ਵਿੱਚ ਖੇਡਿਆ ਚਾਹੇ ਅਲੱਗ ਅਲੱਗ ਨਾਮ ਤੋਂ ਖੇਡਿਆ ਕਿਹੜੀਆਂ ਐਸੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਐਮਏ ਨੂੰ ਫਿਲਮ ਜੁਆਇਨ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਹਾਂ ਕ੍ਰਿਕਟ ਦੇ ਵਿੱਚ ਇਹ ਕੁਝ ਵੀ ਹੁੰਦਾ ਜੇ ਤੁਸੀਂ ਅਵੇਅਰ ਨਹੀਂ ਸੀਗੇ ਪਹਿਲਾਂ ਨਹੀਂ ਭਾਅ ਜੀ ਪਤਾ ਹੀ ਸੀ ਆਲਮੋਸਟ ਆਪਾਂ ਨੂੰ ਸਾਰੀਆਂ ਗੇਮਾਂ ਗੁੰਮਾਂ ਤੋਂ ਹੁਣ ਪਤਾ ਹੀ ਹੈ ਭਾਅ ਜੀ ਫੀਲਡ ਪਲੇਸਿੰਗ ਤੋਂ ਲੈ ਕੇ ਮੈਚ ਵੇਖਿਆ ਹੀ ਬਹੁਤ ਹੈ ਜੀ ਆਪਾਂ ਬੜਾ ਹਿਸਾਬ ਲਾ ਲਓ ਇੱਥੇ ਤਾਂ ਧਰਮ ਹੈ ਇੰਡੀਆ ਦੇ ਵਿੱਚ ਕ੍ਰਿਕਟ ਕੋਈ ਅੱਡ ਕੋਈ ਗੇਮ ਥੋੜ੍ਹੀ ਹੈ ਇੱਥੇ ਤਾਂ ਪੂਜਦਾ ਕ੍ਰਿਕਟ ਨੂੰ ਅਤੇ ਧੋਨੀ ਨੂੰ ਪੂਜਣ ਵਾਲੇ ਆ ਕੋਹਲੀ ਨੂੰ ਪੂਜਣ ਵਾਲੇ ਆ ਸਚਿਨ ਨੂੰ ਪੂਜਣ ਵਾਲੇ ਸਹਿਵਾਗ ਨੂੰ ਪੂਜਣ ਵਾਲੇ ਗੰਗੋਲੀ ਨੂੰ ਦ੍ਰਾਵਿੜ ਨੂੰ ਮਤਲਬ ਇੱਥੇ ਤਾਂ ਪੂਜਦੇ ਆ ਲੋਕ ਕ੍ਰਿਕਟ ਨੂੰ ਸੋ ਇੱਥੇ ਹਰ ਬੰਦੇ ਨੂੰ ਪਤਾ ਹੈ ਮੇਰੇ ਤੋਂ ਵੱਧ ਨੌਲੇਜ ਹੋਊਗਾ ਆਮ ਜਵਾਕ ਨੂੰ ਜਿਹੜਾ ਕ੍ਰਿਕਟ ਖੇਡਦਾ ਉਹਨੂੰ ਵੀ ਦੋ ਬਾਲੀਵੁੱਡ ਦੀਆਂ ਫਿਲਮਾਂ ਕਰਨੀਆਂ ਪੰਜਾਬ ਦੀਆਂ ਕਿੰਨੀਆਂ ਫਿਲਮਾਂ ਹੋ ਗਈਆਂ ਸਟਿਲ ਕਾਊਂਟਿੰਗ ਆ ਤਾਂ ਕਿਹੜਾ ਡਿਫਰੈਂਸ ਐਮੀ ਵਿਰਕ ਨੇ ਦੇਖਿਆ ਕਿ ਬਾਲੀਵੁੱਡ ਦੇ ਵਿੱਚ ਇੱਦਾਂ ਹੁੰਦਾ ਪੰਜਾਬ ਦੇ ਵਿੱਚ ਇੱਦਾਂ ਕੰਮ ਹੁੰਦਾ ਬਜਟ ਤਾਂ ਹੀ ਆ ਭਾਅ ਜੀ ਮਸਲਾ ਹੋਰ ਕੋਈ ਜ਼ਿਆਦਾ ਨਹੀਂ ਉੱਥੇ 100 ਕਰੋੜ ਹੈ ਆਪਣੇ 8-10 ਕਰੋੜ ਹੈ ਸੋ ਇੰਨਾ ਫਰਕ ਹੁੰਦਾ ਮੇਕਿੰਗ ਦਾ ਹੋਰ ਕੋਈ ਦਿੱਕਤ ਨਹੀਂ ਗੀ ਕੋਈ ਐਸਾ ਸੱਚ ਕੋਈ ਬਹੁਤਾ ਵੱਡਾ ਮੇਜਰ ਇਫੈਕਟ ਨਹੀਂ ਗਾ ਸਿਰਫ ਇੱਕ ਲੈਂਗੁਏਜ ਦਾ ਫਰਕ ਹੈ ਅਤੇ ਆਪਾਂ ਬਹੁਤ ਜ਼ਿਆਦਾ ਫਿਲਮਾਂ ਆਪਾਂ ਵਧੀਆ ਬਣਾਉਂਦੇ ਹਾਂ ਉਹਨਾਂ ਨਾਲੋਂ ਅਤੇ ਕੁਛ ਕੁ ਚੀਜ਼ਾਂ ਜੋ ਆਪਣੇ ਤੋਂ ਅੱਗੇ ਨੇ ਐਕਸ਼ਨ ਹੋ ਗਿਆ ਜਾਂ ਮਤਲਬ ਜਿਹੜੀਆਂ ਫਿਕਸ਼ਨ ਫਿਲਮਾਂ ਨੇ ਉਹਨਾਂ 'ਚ ਉਹ ਆਪਣੇ ਤੋਂ ਅੱਗੇ ਨੇ ਸਟੋਰੀ ਵਾਈਜ਼ ਆਪਾਂ ਅੱਗੇ ਉਹਨਾਂ ਤੋਂ ਬਹੁਤ ਜੀ ਧਰਮਸ਼ਾਲਾ ਵਾਲਾ ਇੰਸੀਡੈਂਟ ਕੀ ਸੀਗਾ ਬਾਈ ਧਰਮਸ਼ਾਲਾ ਬਾਈ ਖੇਡਣਗੇ ਇਹ ਧਰਮਸ਼ਾਲਾ ਇਹ ਮਤਲਬ ਉਹ ਸੀਗਾ ਪ੍ਰੈਕਟਿਸ ਸੀਗੀ ਸਾਡੀ ਉੱਥੇ ਮਤਲਬ ਅਸੀਂ ਉੱਥੇ ਉਹਨਾਂ ਨੇ ਪਲੇਟਾਂ ਪਲੂਟਾਂ ਕੱਟ ਕੇ ਦੇਖਣੀਆਂ ਸੀਗੀਆਂ ਵੀ ਮੈਚ ਕਿੱਦਾਂ ਦਾ ਲੱਗ ਰਿਹਾ ਅਤੇ VFX ਕਿੱਦਾਂ ਦਾ ਹੋਊਗਾ ਉਹ ਸਾਨੂੰ ਉਹਨਾਂ ਨੇ ਫਿਰ ਲੰਡਨ ਜਾ ਕੇ ਦਿਖਾਇਆ ਜਿਹੜਾ ਅਸੀਂ ਇੱਥੇ 6-7 ਦਿਨ ਪ੍ਰੈਕਟਿਸ ਕੀਤੀ ਨਾਲ ਸ਼ੂਟ ਕੀਤਾ ਸੀ ਥੋੜ੍ਹਾ ਜਿਹਾ ਛੇਲ ਸੀਗੀ ਭਾਅ ਜੀ ਇੱਥੇ ਟ੍ਰੇਨਿੰਗ ਕੈਂਪ ਸੀਗਾ ਸਾਡਾ ਧਰਮਸ਼ਾਲਾ ਵਧੀਆ ਰਿਹਾ ਗੁੱਡ ਸੀਗਾ ਮਾਹੌਲ ਨਹੀਂ ਇੱਕ ਤੁਸੀਂ ਸਟੇਟਮੈਂਟ ਦਿੱਤਾ ਸੀ ਨਾ ਕਿ ਮੈਂ ਲੇਟ ਹੋ ਗਿਆ ਤਾਂ ਬਸ ਫਿਰ ਮੈਨੂੰ ਲੈ ਕੇ ਅੱਛਾ ਉਹ ਵਾਲਾ ਮਸਲਾ ਹਾਂ ਉਹ ਚੱਲ ਗਿਆ ਪਹਿਲਾਂ ਛੱਡ ਕੇ ਮੈਨੂੰ ਪਹਿਲੇ ਦਿਨ ਮੈਨੂੰ ਉਹ ਨਹੀਂ ਸੀ ਅਸਲ ਕੁਛ ਹੋ ਗਿਆ ਉਹ ਖਰੇ ਮੈਂ ਪਰਨਾ ਚੇਂਜ ਕਰਨ ਗਿਆ ਸੀ ਕੁਛ ਕਰਨ ਗਿਆ ਸੀ ਕੁਛ ਰਹਿ ਗਿਆ ਸੀ ਉੱਤੇ ਮੇਰਾ ਸਮਾਨ ਦੁਬਾਰਾ ਚੱਕਣ ਗਿਆ ਸੀਗਾ ਬ੍ਰੈਕਫਾਸਟ ਕਰਕੇ ਤੋ ਜਦੋਂ ਵਾਪਸ ਆਇਆ ਗੱਡੀ ਲੰਘੀ ਫਿਰ ਮੈਂ ਕਿਹਾ ਯਾਰ ਤਾਂ ਬਹੁਤ ਹੀ ਸਟ੍ਰਿਕਟ ਨੇ ਤਾਂ 2 ਮਿੰਟ ਵੀ ਨਹੀਂ ਖੜ੍ਹੇ ਫਿਰ ਕੱਲ੍ਹ ਤੋਂ ਫਿਰ ਆਪਾਂ ਟਾਈਮ ਸਿਰ ਆ ਗਏ ਸੀਗੇ ਮਤਲਬ ਉਹ ਉੱਧਰ ਕੋਈ ਮਤਲਬ ਰਸਤੇ 'ਚ ਮੈਂ ਲੇਟ ਹੋ ਗਿਆ ਸੀਗਾ ਕੁਛ ਲੈਣ ਚਲੇ ਗਿਆ ਸੀਗਾ ਨੀਚੋ ਬ੍ਰੈਕਫਾਸਟ ਕਰਕੇ ਉਹ ਸਾਰੇ ਜੀ ਬ੍ਰੈਕਫਾਸਟ ਕਰਦੇ ਸੀ ਉਹ ਗੱਡੀ 'ਚ ਬੈਠੇ ਤਾਂ ਲੰਘੇ ਮੈਂ ਬ੍ਰੈਕਫਾਸਟ ਕਰਕੇ ਕੁਛ ਉੱਥੇ ਸਮਾਨ ਚੱਕਣ ਗਿਆ ਅਤੇ ਮੈਨੂੰ ਪਿੱਛੇ ਛੱਡ ਗਏ ਅਤੇ ਉਸ ਤੋਂ ਬਾਅਦ ਨਹੀਂ ਆਪਾਂ ਲੇਟ
ਗੱਲ ਤਾਂ ਕਰ ਹੀ ਰਹੇ ਆ, ਥੋੜਾ ਜਿਹਾ ਫਨ ਕ੍ਰੀਏਟ ਕੀਤਾ ਜਾਵੇ। ਮੇਰੇ ਕੋਲ ਕੁਝ ਸਵਾਲ ਨੇ, ਮੈਂ ਕ੍ਰਿਕਟ ਦੇ ਨਾਲ ਰਿਲੇਟ ਕਰੂੰਗਾ। ਤਾਂ ਤੁਹਾਨੂੰ ਕੋਈ ਵੀ ਕ੍ਰਿਕਟ ਦਾ ਪਲੇਅਰ ਕਿਸੇ ਪੰਜਾਬ ਦੇ ਆਰਟਿਸਟ ਨਾਲ ਰਲਦਾ ਹੋਇਆ ਲੱਗੇ ਤਾਂ ਤੁਸੀਂ ਦੱਸਿਓ ਕਿ ਕਿਉਂ? ਜਿਵੇਂ ਸਭ ਤੋਂ ਪਹਿਲਾ ਸਵਾਲ ਆ, ਰਾਹੁਲ ਦ੍ਰਾਵਿੜ, ਉਹਨਾਂ ਨੂੰ ਜਾਣਿਆ ਜਾਂਦਾ ਆ ਦੋ ਬਾਲ ਕਰਕੇ ਕਿ ਉਹ ਬੜੇ ਆਰਾਮ ਨਾਲ ਹੌਲੀ ਹੌਲੀ ਖੇਡਦੇ ਆ। ਤੁਹਾਨੂੰ ਅੱਛਾ ਮਿੰਦਰ ਗਿੱਲ ਭਾਜੀ ਹੌਲੀ ਹੌਲੀ ਖੇਡਦੇ ਆ, ਉਹੀ ਮੱਟੇ ਮੱਟੇ ਜਿਹਾ ਸੁਭਾਅ ਵਧੀਆ ਡਿਫੈਂਡਿੰਗ ਜਾਂ ਤੇ ਉਹ ਮਿੰਦਰ ਕਰੈਕਟਰ ਜੇ ਸੇਮ ਜਨੇ ਸ਼ਾਂਤਮਈ ਜੀ। ਜੀ ਅਗਲਾ ਨਾਮ ਹੈਗਾ ਕੈਪਟਨ ਕੂਲ ਐਮ ਐਸ ਧੋਨੀ। ਮੈਂ ਹਮੇਸ਼ਾ ਕੂਲ ਰਹਿੰਦੇ ਨੇ, ਚਾਹੇ ਜਿੰਨਾ ਮਰਜ਼ੀ ਪ੍ਰੈਸ਼ਰ ਹੋਵੇ ਤਾਂ ਟੀਮ ਨੂੰ ਸੰਭਾਲ ਲੈਂਦੇ ਨੇ। ਦਲਜੀਤ ਭਾਜੀ, ਦਲਜੀਤ ਭਾਈ ਨਾਲ ਰਿਲੇਟ ਕਰਦੇ ਹਾਂ, ਵਧੀਆ ਨੇ ਉਹ ਵੀ ਕੈਪਟਨ ਕੂਲ ਨੇ। ਹਾਂਜੀ ਓਕੇ। ਅਗਲਾ ਨਾਮ ਹੈਗਾ ਵਿਰਾਟ ਕੋਹਲੀ, ਨੋਨ ਐਜ਼ ਅ ਗੁੱਡ ਪਲੇਅਰ, ਪਰ ਕਦੀ ਵੀ ਅੱਜ ਤੱਕ ਕੋਈ ਆਈ ਸੀ ਸੀ ਟਰੋਫੀ ਨਹੀਂ ਜਿੱਤੀ। ਟੂਰਨਾਮੈਂਟ ਚ ਆ ਕੇ ਆਪਾਂ ਗੱਲ ਕਰਦੇ ਨੇ ਵੀ ਉਦੋਂ ਚਲ ਬੈਡ ਲੱਕ ਵੀ ਹੁੰਦਾ, ਕਈ ਦਿਨ ਵੀ ਨੀ ਹੁੰਦਾ। ਕੱਲਾ ਵਿਰਾਟ ਕੋਹਲੀ ਵੀ ਕੀ ਕਰੇ, ਪਾਕਿਸਤਾਨ ਖਿਲਾਫ ਆਪ ਤੇ ਵਧੀਆ ਖੇਡਿਆ ਸੀ, ਬਾਕੀ ਨਹੀਂ ਖੇਡ ਪਾਏ, ਤੇ ਉਹ ਚ ਤਾਂ ਕਸੂਰ ਹੀ ਨਹੀਂ। ਬਾਕੀ ਟੀਮ ਵਰਕ ਹੁੰਦਾ, ਕੋਈ ਐਸ ਕੈਪਟਨਸੀ ਮੈਟਰ ਕਰਦੀ ਹੈ, ਬਟ ਜੇ ਨਾਲ ਦੇ 11 ਖਿਡਾਰੀ 10 ਖਿਡਾਰੀ ਹੋਰ ਵਧੀਆ ਖੇਡਣਗੇ ਤਾਂ ਕੈਪਟਨ ਵੀ ਜਾ ਕੋ ਨਾ ਕੋ ਕਰੂਗਾ, ਬਟ ਉਹਦੇ ਲਗਾ ਪਲੇਅਰ ਨਹੀਂ ਹੈ ਜੀ ਕੋਈ। ਚਲੋ ਉਹਨਾਂ ਨਾਲ ਰਿਲੇਟ ਕਰ ਦਿਓ ਕੋਈ ਆਰਟਿਸਟ। ਉਹਨਾਂ ਨਾਲ ਰਿਲੇਟ ਕੈਪਟਨ ਕੋਹਲੀ ਵਰਗਾ ਕਿਹੜਾ ਹੋ ਗਿਆ, ਕੋਈ ਸੁਪਰਸਟਾਰ ਬੰਦਾ ਸਾਡਾ ਉਹ, ਜਿਵੇਂ ਉਹ ਅਗਰੈਸ਼ਨ ਹੈ, ਜਿਵੇਂ ਉਹਦੇ 'ਚ ਅਗਰੈਸ਼ਨ ਵੀ ਹੈ, ਅਤੇ ਉਹ ਕਰਨਾ ਉਹਦੇ ਲਈ ਮੂਸੇ ਵਾਲੇ 'ਚ ਦੇ ਦਿਓ ਇੱਕ ਅੱਧੇ ਨੂੰ ਜਾਂ ਦੋਨਾਂ ਨੂੰ ਵੰਡ ਦਿਓ। ਅਗਲਾ ਨਾਮ ਹੈਗਾ ਭਾਜੀ ਅਗਰੈਸ਼ਨ ਹੈ ਉਹਨਾਂ 'ਚ, ਕ੍ਰਿਸ ਗੇਲ, ਅੰਨੇਵਾਹ ਸ਼ਾਟਸ। ਅੰਨੇਵਾਹ ਸ਼ਾਟਸ ਅੰਨੇਵਾਹ ਮਣਗਿਰ ਤੂੰ ਦੇ ਦਿਓ, ਇਹ ਅੰਨੇਵਾਹ ਚਲਾਉਂਦਾ ਆਗਾ, ਚੱਕ ਦਾਂਗੇ ਭਰਾ ਨੂੰ, ਚੱਕ ਦਾਂਗੇ ਭਰਾ ਆਪਣਾ ਵੱਡਾ ਉਹ, ਮਣਗਿਰ ਤੂੰ ਦੇ ਦਿਓ ਮੈਡਲ। ਆ ਮੇਰਾ ਨਾਮ ਹੈਗਾ ਸਾਊਥ ਅਫਰੀਕਾ ਪਲੇਅਰ ਨੇ ਏਬੀ ਡਿਵਿਲੀਅਰਸ, ਜਿਹਨਾਂ ਨੂੰ 360 ਪਲੇਅਰ ਕਹਿ ਦਿੰਦਾ ਕਿ ਕਿਸੇ ਪਾਸੇ ਸ਼ਾਟ ਮਾਰਦੇ ਨੇ, ਨਾਲ ਦੇਖੋ ਕ੍ਰਿਕਟ ਵੀ ਖੇਡਦੇ ਨੇ, ਸਵਿਮਿੰਗ ਵੀ ਕਰਦੇ ਨੇ, ਬੇਸਬਾਲ ਦੇ ਪਲੇਅਰ ਵੀ ਨੇ। ਤਾਂ ਇਦਾਂ ਤੁਹਾਨੂੰ ਵਰਸਟਾਈਲ ਕਿਹੜਾ ਲੱਗਦਾ? ਆ ਵੀ ਬੈਠੇ ਖਾਨ ਸਾਹਿਬ, ਆ ਬੈਠੇ ਦੇਖੋ ਬੰਗਲਾਦੇਸ਼। ਯੁਵਰਾਜ ਸਿੰਘ ਭਾਜੀ ਨੇ 6 ਛੱਕੇ ਮਾਰੇ ਸੀਗੇ 2007 ਵਰਲਡ ਕੱਪ ਦੇ ਵਿੱਚ, ਕਿਹੜੇ ਬੋਲਰ ਨੂੰ ਮਾਰੇ ਸੀਗੇ? ਸਟੂਅਰਟ ਬ੍ਰਾਡ। ਵੈਰੀ ਨਾਈਸ। ਅਗਲਾ ਸਵਾਲ ਆ, ਫਸਟ ਟਾਈਮ 400 ਰਨ ਟੈਸਟ ਕ੍ਰਿਕਟ ਦੇ ਵਿੱਚ ਕਿਹੜੇ ਪਲੇਅਰ ਨੇ ਮਾਰੇ ਸੀਗੇ? ਬ੍ਰੈਨ ਲਾਰਾ। ਲਾਸਟ ਮੈਚ ਐਮਐਸ ਧੋਨੀ ਦਾ ਕਿਹੜਾ ਸੀਗਾ, ਕਿਹੜੀ ਟੀਮ ਦੇ ਖਿਲਾਫ ਸੀਗਾ ਲਾਸਟ ਮੈਚ ਐਮਐਸ ਧੋਨੀ ਦਾ? ਓਡੀਆਈ ਕ੍ਰਿਕਟ ਸੀਗਾ, ਓਡੀ ਕ੍ਰਿਕਟ ਦਾ ਵਰਲਡ ਕੱਪ ਦੇ ਸੀਗਾ ਲਾਸਟ ਟਾਈਮ। ਮੈਂ ਦੇਖਣ ਵੀ ਗਿਆ, ਬਾਹਰੋਂ ਸਪੋਰਟ ਆ ਰਹੀ ਹੈ ਇੱਕ ਦਿਨ ਪਹਿਲਾਂ। ਨਹੀਂ ਉਹ ਮੈਨੂੰ ਤਾਂ T20 ਲਾਸਟ ਕਿਤੇ IPL ਪਹਿਲਾਂ ਖੇਡੀ ਹੋਵੇ, ਮੈਂ ਤਾਂ ਉਹਦੀ ਗੌਰ ਕਰਦਾ। ਅੱਛਾ ਤੁਸੀਂ ਉਹ ਵੀ ਨਾ IPL ਤਾਂ ਹੁਣ ਖੇਡੀ ਹੈ, IPL ਤਾਂ ਖੇਡੀ ਖੇਡਿਆ ਲਾਸਟ ਫਾਈਨਲ ਜਿੱਤ ਕੇ ਗਿਆ ਪਹਿਲਵਾਨ ਦਿੱਲੀ ਨਾਲ ਸੀ ਨਾ ਫਾਈਨਲ, ਤੇ ਵੈਸੇ ਓਡੀ ਨਿਊਜ਼ੀਲੈਂਡ ਨਾਲ ਉਹ ਮੈਚ ਮੈਂ ਵਿਟਨੈਸ ਕੀਤਾ, ਮੈਂ ਦੇਖਿਆ ਸੀਗਾ, ਮੈਂ ਬੈਠਾ ਸੀ ਰਨ ਆਊਟ ਹੋਏ ਸੀਗੇ ਵਰਲਡ ਕੱਪ, ਸਾਕਸ਼ੀ ਭੈਣ ਨਾਲ ਬੈਠਾ ਸੀ ਮੈਂ, ਭੈਣ ਨਾਲ ਸਾਡੀ ਉਹ, ਤੇ ਉੱਥੇ ਅਸੀਂ ਬੈਠੇ ਸੇਮ ਉਹਦੇ 'ਚ। ਪਹਿਲੇ ਦਿਨ ਜਿੱਦਣ ਗਏ ਹਾਂ, ਪਹਿਲੇ ਦਿਨ ਮੈਚ ਉਹ ਆਲਮੋਸਟ ਉਹ ਜਿਹੜਾ ਆਊਟ ਰਨ ਆਊਟ ਸੀ ਉਹ ਨਹੀਂ, ਕਿਉਂਕਿ ਅਸੀਂ ਪਹਿਲੇ ਦਿਨ ਗਏ ਸੀ, ਦੋ ਦਿਨ ਹੋਇਆ ਮੈਚ, ਉਹ ਮੀਂਹ ਪੈ ਗਿਆ ਸੀਗਾ ਫਾਈਨਲ ਦੇ ਵਿੱਚ, ਸੈਮੀ ਫਾਈਨਲ ਸੀ ਉਹ ਮੈਚ, ਮੈਨਚੈਸਟਰ ਸੀਗਾ, ਅਤੇ ਉੱਦਣ ਜੇ ਮੈਚ ਆ ਜਾਂਦਾ ਦੁਬਾਰਾ ਇੰਡੀਆ ਜਿੱਤ ਜਾਂਦਾ, ਜੇ ਪਹਿਲੇ ਦਿਨ ਹੀ ਆ ਜਾਂਦਾ, ਅਤੇ ਕਿਉਂਕਿ ਰਨ ਹੀ ਕੁਛ ਨਹੀਂ ਸੀ ਹੈਗੇ ਉਹਨਾਂ ਦੇ, ਅਤੇ ਉਹ ਅਗਲੇ ਦਿਨ ਆ ਗਿਆ, ਪ੍ਰੈਸ਼ਰ ਪੈ ਗਿਆ, ਜੋ ਰਨ ਆਊਟ ਵੀ ਨਾ ਹੁੰਦਾ ਭਲਵਾਨ ਜਿੱਤ ਜਾਂਦੇ ਆਪਾਂ। ਜੀ ਬਾਈ, ਥੈਂਕ ਯੂ ਸੋ ਮੈਨ, ਵਿਸ਼ ਯੂ ਵੈਰੀ ਗੁੱਡ ਲੱਕ 83 ਦੇ ਲਈ, ਕਿਉਂਕਿ ਤੁਸੀਂ ਪੰਜਾਬ ਨੂੰ ਰੀਪ੍ਰਜੈਂਟ ਕਰ ਰਹੇ ਹੋ, ਸਾਡੀ ਦਸਤਾਰ ਨੂੰ ਰੀਪ੍ਰਜੈਂਟ ਕਰ ਰਹੇ ਹੋ। ਜਾਣ ਤੋਂ ਪਹਿਲਾਂ ਤੁਹਾਡੇ ਲਈ ਸਰਪ੍ਰਾਈਜ਼ ਹੈਗਾ ਮੇਰੇ ਕੋਲ, ਤੁਹਾਨੂੰ ਸੁਪਨਾ ਵਾਲੀ ਮੁਲਾਕਾਤ ਯਾਦ ਹੈ ਸਾਡੀ ਜਦੋਂ ਆਪਾਂ ਇੰਟਰਵਿਊ ਕੀਤੀ ਸੀਗੀ? ਸੁਪਨਾ ਦੀ ਉਹ ਘਰ ਜੇ ਭਰਾ ਆਪਾਂ ਜਾ ਕੇ ਨਹੀਂ, ਆਪਾਂ ਰਬਾਬ ਸਟੂਡੀਓ ਕੀਤੀ ਸੀਗੀ, ਰਬਾਬ ਸਟੂਡੀਓ, ਗੋਟ ਇਟ, ਆ ਗਿਆ ਜਿੱਤੇ ਬਾਈ, ਪਲੀਜ਼ ਪਾਸ ਕਰਿਓ ਜੀ, ਬਿਲਕੁਲ ਕਿਸੇ ਹੋਰ ਚੈਨਲ 780 ਤੇ ਫੁੱਲ ਵੈਲ, ਉਹ 780 ਤੇ ਫੁੱਲ ਵੈਲ। ਤਾਂ ਮੈਨੂੰ ਲੱਗਦਾ ਜਿਸ ਤਰ੍ਹਾਂ ਨੂੰ ਤੁਸੀਂ ਪੰਜਾਬ ਤੇ ਦਸਤਾਰ ਨੂੰ ਰਿਪਰੈਜ਼ੈਂਟ ਕੀਤਾ ਬਾਲੀਵੁੱਡ ਤੱਕ, ਜਾਂ ਇਸ ਤੋਂ ਵਧੀਆ ਸਰਪ੍ਰਾਈਜ਼ ਹੋ ਨਹੀਂ ਸਕਦਾ ਬਾਈ। ਓ ਵੈਰੀ ਗੁੱਡ, ਕੀ ਬਾਤ ਹੈ, ਕੀ ਸੋਹਣਾ ਰੰਗ ਹੈ ਬਾਈ, ਇਸੇ ਰੰਗ ਦੀ ਗੱਲ ਹੋਈ ਸੀਗੀ ਆਪਣੀ। ਓ ਵੈਰੀ ਗੁੱਡ, ਜੋਤ ਸਿੰਘ ਜੀ ਵੇਖੋ ਭਾਈ, ਸੀਨ ਵੀ ਵੱਜੀ ਹੈ ਜਿਵੇਂ ਦੇ ਬਾਅਦ, ਫਿਰ ਮੈਂ ਹੁਣੇ ਬੰਦਾ ਜਾ ਕੇ ਉੱਥੇ ਬੰਬੇ ਜਾਣਾ ਬਣ ਕੇ, ਆਹੁੱਡੀ ਦੇ ਆਹੁੱਡੀ ਦੇ ਉੱਤੇ ਚੱਲੂਗੀ ਪੂਰੀ ਟੌਪ ਦੀ। ਥੈਂਕ ਯੂ ਸੋ ਮੱਚ, ਵਿਸ਼ ਯੂ ਜਾਉਂਦੇ ਰਹੋ ਵੀਰਾ ਜੀ, ਧਿਆਨ ਰੱਖੋ, ਮਿਹਰਬਾਨੀ, ਬਹੁਤ 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 ਸੋਹਣਾ ਗਿਫਟ, ਥੈਂਕ ਯੂ, ਜਾਂ ਮੁੱਲਾ ਗਿਫਟ ਕੋਈ ਮਤਲਬ। ਸਤਿਕਾਰ ਸਰ, ਸਾਰਿਆਂ ਨੂੰ ਬੇਨਤੀ ਹੈ 24 ਨੂੰ ਫਿਲਮ ਆ ਜਾਣੀ, ਜਾ ਕੇ ਵੇਖਿਓ, ਅਤੇ ਅਗਲੇ ਮਹੀਨੇ ਨਵੀਂ ਫਿਲਮ ਆਪਣੀ ਪੰਜਾਬੀ ਵੀ ਆਉਣੀ, ਉਹ ਵੀ ਵੇਖਿਓ ਜਾ ਕੇ, ਅਤੇ ਉਮੀਦ ਕਰਦਾ ਤੁਹਾਨੂੰ ਫਿਲਮਾਂ ਪਸੰਦ ਆਉਣਗੀਆਂ, ਅਤੇ ਪਿਆਰ ਕਰਦੇ ਰਹੋਗੇ, ਦੁਆਵਾਂ ਕਰਦੇ ਰਹੋ, ਅਤੇ ਚੜ੍ਹਦੀ ਕਲਾ 'ਚ ਰਹੋ, ਜ਼ਿੰਦਾਬਾਦ। ABP ਸੌਂਚਾ, ਜੋਸ਼, ਜਜ਼ਬਾ, ਜਨੂੰਨ।